ਆਇਆ ਸੀ, ਅੱਲਾਹ ਨੇ ਵਾਪਸ ਲੈ ਲਿਆ ਨਬੀ ਪਾਕ ਦੇ ਸੀਨੇ 'ਚੋਂ, ਕੱਢ ਲਿਆ ਤੌਬਾ। ਜੋ ਇੱਥੇ ਇਮਾਨ ਰੱਖਦਾ ਉਹ ਜਾਣੇ, ਤੋਂ ਦਾ ਖੁਦਾ ਜਾਣੇ, ਮੈਂ ਹਜ਼ਾਰ ਤੌਬਾ ਕਰ। ਇੱਕ ਐਤ ਵੀ ਨਹੀਂ ਜਿਹੜੀ ਰੱਬ ਵਾਪਸ ਲੈ ਗਿਆ। ਰੱਬ ਕੋ ਪਛਤਾਇਆ ਸੀ ਮੈਂ ਉਤਾਰ ਬੈਠਾ, ਗਲਤੀ ਹੋ ਗਈ, ਕਿਉਂ ਕੁਰਾਨ ਨੂੰ ਬਦਨਾਮ ਕਰਦੇ? ਔਰ ਕਹਿ ਦਿੰਦੇ ਸੁਣੋ ਕਰਿਓ ਕਾ ਫਲਾ ਤਨਸਾ ਇਲਾ ਮਾਸ਼ਾ ਅੱਲਾ। ਇਹ ਕੁਰਾਨ ਸ਼ਰੀਫ ਦੀ ਐਤ ਚੋਂ ਕੱਢ ਲੈਂਦੀ ਕਿ ਤੈਨੂੰ ਅਸੀਂ ਕੁਰਾਨ ਸਿਖਾਵਾਂਗੇ, ਤੂੰ ਨਹੀਂ ਭੁੱਲੇਂਗਾ, ਹਾਂ ਅੱਲਾਹ ਅਗਰ ਚਾਹੂਗਾ ਤਾਂ ਭੁਲਾ ਦੂ। ਨਾ ਨਾ ਇਹਦਾ ਮਤਲਬ ਨਾ ਕਿ ਅੱਲਾਹ ਨਹੀਂ ਚਾਹੁੰਦਾ ਨਾ ਭੁਲਾਉਂਦਾ, ਉਹ ਅੱਲਾਹ ਤਾਲਾ ਨੇ ਦੱਸਣ ਲਈ ਵੀ ਮੇਰਾ ਇਲਮ ਔਰ ਨਬੀ ਦਾ ਇਲਮ ਜਿਹੜਾ ਉਹਦੇ 'ਚ ਫਰਕ ਹੈ ਕਿ ਮੇਰਾ ਇਲਮ ਆਪਣਾ ਉਹ ਗੁੰਮ ਨਹੀਂ ਹੋ ਸਕਦਾ, ਨਬੀ ਦਾ ਮੈਂ ਚਾਹ ਤਾਂ ਵਾਪਸ ਲੈ ਸਕਦਾ, ਚਾਹੁੰਦਾ ਨਹੀਂ ਉਹ ਮੇਰੀ ਜ਼ਿੰਮੇਦਾਰੀ ਹੈ ਕਿ ਇਹਦੇ ਸੀਨੇ 'ਚ ਰੱਖਾਂ, ਮਗਰ ਅਗਰ ਮੈਂ ਲੈਣਾ ਚਾਹਵਾਂ ਵਾਪਸ, ਇਸ ਬਾਰੇ ਨਬੀ ਕੋਈ ਵੀ ਨਹੀਂ ਕਰ ਸਕਦਾ। ਇਹ ਸੂਰਾ ਬਣੀ ਇਸਰਾਈਲ 'ਚ ਅੱਲਾਹ ਤਾਲਾ ਨੇ ਫਰਮਾਇਆ ਕਿ ਜੋ ਕੁਛ ਵੀ ਮੈਂ ਦਿੱਤਾ ਮੇਰਾ ਇਨਾਮ ਹੈ ਔਰ ਮੈਂ ਇਹਦੀ ਹਿਫਾਜ਼ਤ ਕਰ ਰਿਹਾ, ਮਗਰ ਇਹ ਕੋਈ ਨਾ ਸਮਝੇ ਵੀ ਨਬੀ ਦਾ ਆਪਣਾ ਕਮਾਲ ਹੈ ਜਾਂ ਇਹਦੀ ਆਪਣੀ ਮਿਹਨਤ ਹੈ। ਅਗਰ ਮੈਂ ਛੀਨਣਾ ਚਾਹਵਾਂ ਤਾਂ ਹੁਣ ਵੀ ਛੀਨ ਸਕਦਾ, ਉਹ ਤਾਕਤ ਦੱਸੀ ਹੈ, ਹੋਰ ਐਸਾ ਹੁੰਦਾ ਕਦੀ ਨਹੀਂ। ਜਿਸ ਤਰ੍ਹਾਂ ਕਿ ਅੱਲਾਹ ਤਾਲਾ ਨੇ ਬਿਲਕੁਲ ਹਜ਼ਰਤ ਸ਼ੈਬ ਅਲੈਹ ਸਲਾਮ ਦੇ ਬਾਰੇ ਦੱਸਿਆ, ਕਾਫਰਾਂ ਨੇ ਕਿਹਾ ਸੀ ਤੈਨੂੰ ਸੱਚ ਛੱਡਣਾ ਤਾਂ ਮੁੜ ਕੇ ਤੂੰ ਕਾਫਿਰ ਹੋ ਜਾਏਂਗਾ। ਉਹਨਾਂ ਆਖਿਆ ਯਾਰ ਅਸੀਂ ਕਾਫਿਰ ਨਹੀਂ ਹੋ ਸਕਦੇ ਨਾ ਹੁਣ ਵਾਪਸ ਮੁੜ ਸਕਦੇ ਹਾਂ, ਹਾਂ ਅਗਰ ਰੱਬ ਹੀ ਚਾਹੇ ਤਾਂ ਵੱਖਰੀ ਗੱਲ। ਉੱਥੇ ਵੀ ਇਹ ਲਫ਼ਜ਼ ਹੁੰਦਾ ਰੱਬ ਚਾਹ, ਹਾਲਾਂਕਿ ਰੱਬ ਚਾਹ ਸਕਦਾ ਵੀ ਨਬੀ ਕਾਫਰ ਹੋ ਜਾਏ, ਨਹੀਂ, ਇਹ ਸਿਰਫ ਅੱਲਾਹ ਤਾਲਾ ਆਪਣੀ ਕੁਦਰਤ ਔਰ ਆਪਣੇ ਹਕੂਮਤ ਦਾ ਬਿਆਨ ਕਰਦਾ ਵੀ ਬਾਦਸ਼ਾਹੀ ਮੇਰੀ ਹੈ, ਮੈਂ ਅਗਰ ਚਾਹਵਾਂ ਤਾਂ ਨਬੀ ਕੁਛ ਵੀ ਨਹੀਂ ਕਰ ਸਕਦਾ। ਇਹ ਜੁਦੀ ਗੱਲ ਵੀ ਮੈਂ ਉੱਤੇ ਖੁਸ਼ ਹਾਂ, ਉਹ ਮੇਰਾ ਪਿਆਰਾ ਬੰਦਾ, ਮੈਂ ਉਹਦੇ ਨਾਲ ਸਲੂਕ ਨਹੀਂ ਕਰਨਾ। ਇਹ ਸੂਰਾ ਆਰਾਫ 'ਚੋਂ ਇਹ ਐਤ ਜਿਹੜੀ, ਇਹਨੂੰ ਮੇਰੇ ਬੱਚੇ ਔਰ ਦੋਸਤ ਨੋਟ ਕਰਨ ਕਿ ਅੱਲਾਹ ਤਾਲਾ ਨੇ ਹਜ਼ਰਤ ਸ਼ੈਬ ਅਲੈਹ ਸਲਾਮ ਦੇ ਬਾਰੇ 'ਚ ਫਰਮਾਇਆ ਕਦਿਸ ਤਰਾਏ ਨਾ ਅੱਲਾਹ, ਕਾਫਿਰ ਕਹਿਣ ਲੱਗੇ ਸੂਰਾ ਆਰਾਫ ਨਵਾਂ ਸਪਾਰਾ, ਕਾਲ ਅਲ ਮਲਾਉ ਲਜ਼ੀਨ ਅਸਤਕਬਰੂ ਮਿਨ ਕੌਮੀ ਲਾ ਨੁਖਰੇ ਜੰਨਾ ਕ ਯਾ ਸ਼ੈਬ ਵਰ ਲਜ਼ੀਨ ਆਮਨ ਮਾ ਕਮਿਨ ਕਰੀਅਤ ਨਾ ਔਲਾ ਤੋ ਦੁਨਾ ਫੀ ਮਿਲਾ ਤਿਲਾ। ਕਹਿਣ ਲੱਗਿਆ ਸ਼ੈਬ, ਜਾਂ ਮੁੜ ਕੇ ਸਾਡੇ ਦੀਨ 'ਚ ਆ ਜਾ, ਨਹੀਂ ਜੇ ਅਸੀਂ ਆਪਣੇ ਬਸਤੀ 'ਚੋਂ ਤੈਨੂੰ ਕੱਢ ਦਿਆਂਗੇ। ਕਾਲਾ ਵਾਲਾ ਕੁੰਨਾ ਕਾ ਰਹੀ, ਕਹਿਣ ਲੱਗੇ ਭਾਵੇਂ ਅਸੀਂ ਨਾ ਵੀ ਚਾਹੀਏ ਤਦ ਵੀ। ਉਹਨਾਂ ਆਖਿਆ ਹਾਂ ਤਦ ਵੀ, ਕਦੇ ਤਰੈ ਨਾ ਅੱਲਾ ਕਦੇ ਬਨ ਇਨ ਉਦਨਾ ਫੀ ਮਿਲਤ ਕੁੰਬਾ ਦਾ ਇਹ ਨਜਾਰ ਅੱਲਾਹ ਮਿਲਾ ਕਿ ਅੱਜ ਤੋਂ ਅੱਲਾਹ ਤਾਲਾ ਸਾਨੂੰ ਸਿੱਧਾ ਰਸਤਾ ਵਿਖਾ ਦਿੱਤਾ, ਅਸੀਂ ਇਸ ਕੁਫਰ ਤੋਂ ਬਾਅਦ ਆਏ, ਹੁਣ ਅਸੀਂ ਵਾਪਸ ਆ ਜਾਵਾਂਗੇ। ਵਮਾ ਯਕੂਨ ਲਨਾ ਅਨ ਉਦਾ ਫੀਹਾ ਇਲਾ ਇਨਸ਼ਾ ਅੱਲਾਹ ਰੱਬੁਨ, ਇਹ ਕਦੀ ਵੀ ਨਹੀਂ ਹੋ ਸਕਦਾ ਵੀ ਅਸੀਂ ਤੁਹਾਡੇ ਦੀਨ 'ਚ ਵਾਪਸ ਆਈਏ ਸਿਵਾਏ ਦੇ ਕਿ ਸਾਡਾ ਰੱਬ ਵੀ ਐਸਾ ਚਾਹੇ। ਦੱਸੋ ਇਹ ਰੱਬ ਚਾਹੁੰਦਾ ਵੀ ਨਬੀ ਜਿਹੜਾ ਉਹਦੇ ਸਾਥੀ ਮੂੰਚੀ ਜਿਹੜੇ ਕੁਫਰੋਂ ਚਲੇ ਜਾਣ, ਜਿੱਥੇ ਜਿੱਥੇ ਇਲਾ ਆਉਣਾ ਇਹੋ ਜਾਈ ਇਨਸ਼ਾ ਅੱਲਾਹ, ਇਹ ਸਿਰਫ ਤਾਕਤ ਕਿ ਨਬੀ ਜਿਹੜਾ ਉਹਦੇ ਆਪਣਾ ਕੁਛ ਵੀ ਨਹੀਂ, ਜੋ ਕੁਛ ਅੱਲਾਹ ਦਾ ਫਜ਼ਲ ਹੈ, ਵਰਨਾ ਅੱਲਾਹ ਅਗਰ ਉਹ ਛੀਨਣਾ ਚਾਹੇ ਤਾਂ ਛੀਨ ਸਕਦਾ, ਸਕਦੇ ਦੀ ਗੱਲ ਆ, ਵਰਨਾ ਕੋਈ। ਇਹ ਅੱਜ ਹੀ ਦਾ ਕਲਮਾ ਉਹਨਾਂ ਆਖਿਆ ਭਾਈ ਰੱਬ ਹੀ ਜੇ ਚਾਹੇ ਵੀ ਅਸੀਂ ਕਾਫਰ ਦੁਬਾਰਾ, ਉਹਦੀ ਵੱਖਰੀ ਗੱਲ, ਕੋਈ ਮੁਸਲਮਾਨ ਨਹੀਂ ਸੋਚ ਸਕਦਾ ਵੀ ਅੱਲਾਹ ਤਾਲਾ ਦੁਬਾਰਾ ਕਾਫਰ ਹੋਣਾ ਚਾਹੂਗਾ, ਗੱਲ ਬੇ ਹਕੂਮਤ ਦੀ ਬਾਤ ਹੈ ਕਿ ਅੱਲਾਹ ਚਾਹੇ ਐਸਾ ਹੋ ਸਕਦਾ, ਵੈ ਉਂਝ ਅੱਲਾਹ ਚਾਹੁੰਦਾ ਨਹੀਂ। ਔਰ ਇਹੋ ਜਿਹੇ ਮੌਕਿਆਂ 'ਤੇ ਇਹ ਵੀ ਮੇਰੇ ਜ਼ਹੀਨ ਬੱਚੇ ਯਾਦ ਰੱਖਣ, ਅੱਲਾਹ ਤਾਲਾ ਆਪਣੇ ਇਲਮ ਦਾ ਹਵਾਲਾ ਦਿੰਦਾ ਕਿ ਮੈਂ ਇਲਮ ਰੱਖਦਾ, ਉਹ ਇਸੇ ਤੋਂ ਤਸੱਲੀ ਰਵੇ ਵੀ ਕਰ ਸਕਦਾ, ਮਗਰ ਕਿਉਂ ਮੈਂ ਕਰੂੰਗਾ ਜਦੋਂ ਮੈਂ ਹਰ ਸ਼ੈ ਨੂੰ ਜਾਣਨਾ, ਮੈਂ ਗਲਤ ਗੱਲ ਚਾਹ ਸਕਦਾ, ਗਲਤ ਚੀਜ਼ ਜਿਹੜੀ ਉਹ ਮੈਂ ਕਦੀ ਵੀ ਨਹੀਂ ਉਹਦਾ ਇਰਾਦਾ ਕਰ ਸਕਦਾ। ਵੈਸੇ ਇਕਤਦਾਰ ਮੇਰਾ, ਹਕੂਮਤ ਜਿਹੜੀ ਮੇਰੀ ਉਹ ਗਾਲਬ ਹੈ, ਔਰ ਮੈਂ ਅਗਰ ਕਰਨਾ ਚਾਹਾਂ ਤਾਂ ਕਰ ਸਕਦਾ। ਅੱਲਾਹ ਦੇ ਰਸੂਲ ਅਲੈਹਿ ਸਲਾਮ ਦੇ ਬਾਰੇ ਫਰਮਾਇਆ ਵਲਾ ਇਨ ਸ਼ੇਨਾ ਨਾ ਨਜ਼ਾ ਬੰਨਾ ਬਿਲਜ਼ੀ ਆਹੈ ਨਾ ਇਲੈਕ, ਇਹ ਸੂਰਾ ਬਣੀ ਇਸਰਾਈਲ ਹੈ। ਅਗਰ ਹਮ ਚਾਹੇ ਤੋ ਜੋ ਵਈ ਹਮਨੇ ਤੇਰੀ ਤਰਫ ਕੀ ਹੈ ਇਸ ਕੋ ਵਾਪਸ ਲੈ ਜਾ, ਸੁਮਾ ਲਾ ਤਾਜੇ ਲੋਕ ਤਾ ਵੀ ਹਲੇ ਨਾ ਵਕੀਲਾ, ਅਤੇ ਫਿਰ ਤੈਨੂੰ ਕੋਈ ਮਦਦਗਾਰ ਨਾ ਮਿਲੇ ਜਿਹੜਾ ਕੁਰਾਨ ਦੁਬਾਰਾ ਲਿਆ ਦੇ। ਦੱਸੋ ਨਬੀ ਅਲੈਹਿ ਸਲਾਮ ਦੇ ਬਾਰੇ 'ਚ ਇਸ ਤਰ੍ਹਾਂ ਹੋ ਸਕਦਾ ਕਿ ਅੱਲਾਹ ਸਾਰਾ ਖੋ ਕੇ ਰਾਜੇ ਫਰਮਾ ਚਾਹੀਏ ਅਤੇ ਅਸੀਂ ਜਿੰਨਾ ਵਈ ਕੀਤਾ ਲਾ ਨਜ਼ਾ ਬੰਨਾ ਬਿੱਲਾ ਜਾਉਣ ਲੈ ਜਾ ਸਕਦੇ ਹਾਂ, ਇੱਕ ਲਫ਼ਜ਼ ਵੀ ਤੈਨੂੰ ਯਾਦ ਨਾ ਰਹੇ, ਸੁਮਾ ਲਾ ਤਜੁਲ ਕਾਬੀ ਅਲੈਹਿ ਨਾ ਵਕੀਲਾ, ਅਤੇ ਤੈਨੂੰ ਫਿਰ ਕੋਈ ਹਿਮਾਚੀ ਨਹੀਂ ਲੱਭੂਗਾ ਜਿਹੜਾ ਇਹ ਕਹਿ ਤੀ ਤੈਨੂੰ ਲਿਆ ਦੇ। ਅੱਗੇ ਤਸੱਲੀ ਦਿੱਤੀ ਇਲਾ ਰਹਿਮਤ ਮੈਂ ਰੱਬੀ, ਮਗਰ ਰੱਬ ਦੀ ਰਹਿਮਤ ਹੈ ਤੇਰੇ 'ਤੇ, ਉਹਨੇ ਛੀਨਾ ਕਿਉਂ, ਇੰਨਾ ਫਜ਼ਲਾ ਉਕਾਨ ਆਦਿ ਕਬੀਰਾ, ਉਹਦਾ ਫਜ਼ਲ ਤੇਰੇ 'ਤੇ ਬਹੁਤ ਬੜਾ। ਇਹ ਗਹਿਰੇ ਨੁਕਤੇ ਦੀ ਬਾਤ ਹੈ ਕਿ ਦੱਸਣੀ ਖੁਦਾ ਖੁਦਾ ਹੈ, ਉਹਦੀ ਕੋਈ ਸ਼ਾਇਦ ਤੋਂ ਛੱਡ ਨਹੀਂ ਸਕਦੀ। ਨਬੀ ਨੂੰ ਪਹਿਲਾਂ ਵੀ ਜੋ ਮਿਲਿਆ ਅੱਲਾਹ ਨੇ ਸਿਖਾਇਆ, ਨਾ ਸਿਖਾਉਂਦਾ ਤਾਂ ਦੱਸਿਆ, ਤੂੰ ਜਾਣਦਾ ਹੀ ਨਹੀਂ ਸੀ ਕਿ ਇਮਾਨ ਔਰ ਕਿਤਾਬ ਕੀ ਹੈ, ਔਰ ਆ ਜਾਣ ਤੋਂ ਬਾਅਦ ਵੀ ਕਿਹਾ ਵੀ ਹੁਣ ਵੀ ਚਾਹੀਏ ਤਾਂ ਅਸੀਂ ਇਹਨੂੰ ਛੀਨ ਸਕਦੇ ਹਾਂ, ਮਗਰ ਤੇਰੇ ਰੱਬ ਦਾ ਫਜ਼ਲ ਤੇਰੇ 'ਤੇ ਬੜਾ। ਇਸ ਤੋਂ ਕੁਰਾਨ ਮਜੀਦ ਲਈ ਤਿੰਨ ਗੱਲਾਂ ਜ਼ਿਹਨ 'ਚ ਰੱਖਣੀਆਂ, ਕਈ ਤਾਲਮ ਨਹੀਂ ਮਦਰਸੇ ਜੋ ਆਖੇ ਕੁਰਾਨ ਸ਼ਰੀਫ ਦਾ ਕੁਛ ਹਿੱਸਾ ਅੱਲਾਹ ਨੇ ਹਜ਼ੂਰ ਨੂੰ ਭੁਲਾ ਦਿੱਤਾ, ਮਨਸੂਖ ਤਿਲਾਵਤ ਹੋ ਗਿਆ, ਉਹ ਉਂਝ ਹੀ ਵਾਪਸ ਲੈ ਲਿਆ, ਬਿਲਕੁਲ ਗੱਪ ਮਾਰਦਾ, ਇਹ ਕੈਦ ਵੀ ਨਹੀਂ ਜਿਹੜੀ ਇਹੋ ਜਿਹੀ ਗੁੰਮ ਹੋਈ ਹੈ। ਔਰ ਦੂਸਰਾ ਜਿਹੜਾ ਆਉਂਦਾ ਕਿ ਐਤਾਂ ਤਾਂ ਹੈਗੀਆਂ
مگر وہ قرآن مجید درج نہیں ہوئی ہیں. سنسار دی آیت ہے کہ اللہ نے آخیا صحیح اور صحیح بات جڑے نہ ہو زنا کرن تو سنسار کرو. یہ قرآن چ نہیں لکھی گئی, حکم دا باقی ہے. پھر جی حکم باقی ہے قرآن چ لکھنا ڈر آؤں گا ایت ہے قرآن دی, اللہ پاک کو کیوں نہیں قرآن چ لکھاؤں گا؟ ایت ہیگی ہے مگر قرآن چ نہیں لکھی. بالکل جھوٹیاں گل. یہ عیسائی ہے یہودی بڑے خوش ہے کہ مسلمان یہو جی گلیں بھی لکھتے ہیں. سنسار دی ایت جڑی سی گزانیاں نوں پتھراں نہ مارو, ایت ہیگی ہے لفظ وہ لکھے قرآن چ نہیں درج کرنی. قرآن شریف نو بدنام کرنے طریقے اور جڑی ایت بنائی وہ بھی افسوس ہے, افسوس ہے. اکل دیانیاں نے یہ بھی سوچا نا وہ لکھا کہ مسئلہ تو تھی یہ دس دے بھی شادی شدہ نو سنسار کرو. لفظ اتنے لکھا سیب و سیبا کہ جڑا بوڑھا اور بوڑھی ہے شادی شدہ لی آتے سی وہ بھی سنسار ہے. لفظ اتنے شیخ ہو شیخ بوڑھی اور بڑھیا, حالانکہ ہو سکتا کوئی بوڑھی اور بڑھیا ایسے ہو کہ انہوں کی کدی شادی نہیں ہوئی. مسئلہ بوڑھی اور بڑھیا کا کٹ کے وکھاؤ جائے تو قرآن چ لکھی کوئی نہیں مسئلہ, پھر بوڑھی بڑھیا کا چھڈ کے شادی شدہ کا بنا دے. شادی شدہ لیا صحیح و صحیح بات چاہیے, اشیخ و اشیخا تو نہیں چاہیے. اے میلاد دے موقع دے کچھ اشارے تاری طرف کرتے. اللہ ہدایت دے, اللہ دے رسول دے ہاتھوں جڑا سانوں اللہ دی کتاب ملی ہے, رسول دی سنت. اے بے بہا خزانہ, اے دی قدر کرو, اے دا علم حاصل کرو, اے تے عمل کرو. اے کھیل تماشے نہ دین دا مزاج ہے, نہ انہاں تو کوئی نفع ہونا, اگے تو اگے برائیاں ہی ہونیاں, اچھا نتیجہ کدی بھی نہیں نکل سکتا. خیر الحدی حد و محمد, سب تو بہتر طریقہ محمد رسول اللہ صلی اللہ علیہ وسلم دا, اتے رہو, وہ کامیابی نجات ہے. وآخر دعوانا الحمدللہ رب العالمین.